ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 550 ਰੁੱਖ ਜੋ ਗੁਰੂ ਦੇ ਨਾਮ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ 2019 ਵਿੱਚ ਆ ਰਿਹਾ, ਉਸ ਨੂੰ ਸਮਰਪਿਤ ਜੋ ਪਿੰਡ ਅਸੀਂ ਇੱਕੋ ਸਿੱਖ ਵੱਲੋਂ 550 ਰੁੱਖ 1820 ਪਿੰਡਾਂ 'ਚ ਲਾਉਣ ਦਾ ਉਪਰਾਲਾ ਕੀਤਾ ਸੀ। ਉਹਦੇ ਉਪਰਾਲੇ ਦੇ ਤਹਿਤ ਅੱਜ ਪਿੰਡ ਤਰਸਿੱਕਾ ਵਿੱਚ ਵੀ ਬੂਟੇ ਲਾਏ ਗਏ ਆ। ਸੋ ਸੰਗਤ ਨੇ ਬਹੁਤ ਉਪਰਾਲਾ ਕੀਤਾ ਹੈ ਦਾਣਾ ਮੰਡੀ ਤਰਸਿੱਕਾ ਵਿਖੇ ਅੱਜ ਜੋ ਹੈ 100 ਦੇ ਕਰੀਬਨ ਇਹ ਰੁੱਖ ਲਗਾਏ ਗਏ ਆ, ਔਰ ਬਹੁਤ ਸ਼ਲਾਘਾਯੋਗ ਉਪਰਾਲਾ ਸੰਗਤਾਂ ਵੱਲੋਂ ਬਹੁਤ ਸਹਿਯੋਗ ਕੀਤਾ ਜਾ ਰਿਹਾ ਹੈ। ਸੋ ਅਸੀਂ ਸਾਰੇ ਸੰਗਤ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 550 ਰੁੱਖ ਆਪਣੇ ਪਿੰਡਾਂ 'ਚ ਲਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਤਾਂ ਕਿ ਅਸੀਂ ਵਿਸ਼ਵ ਵਿੱਚ ਦੱਸ ਸਕੀਏ ਕਿ ਅਸੀਂ ਆਪਣੇ ਮੁਰਸ਼ਦ ਦਾ ਜੋ ਪ੍ਰਕਾਸ਼ ਦਿਹਾੜਾ ਇੱਕ ਨਿਵੇਕਲੇ ਢੰਗ ਨਾਲ ਮਨਾ ਰਹੇ ਹਾਂ। ਆਓ ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਰਲ ਮਿਲ ਕੇ ਹਮਲਾ ਮਾਰੀਏ ਅਤੇ ਵਾਤਾਵਰਨ ਨੂੰ ਸ਼ੁੱਧ ਕਰੀਏ, 550 ਰੁੱਖ ਗੁਰੂ ਦੇ ਨਾਮ ਲਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।